ਕੁਰਮੀ ਕਿਵੇਂ? ਅੱਬੇ ਦਾ ਕੰਮ ਚੈੱਕ ਕਰਨ ਆਇਆ ਸੀ। ਹੈ ਚੈੱਕ ਕਰਨ ਆਇਆ ਸੀ। ਅੱਬਾ ਕੰਮ ਸਹੀ ਕਰ ਰਿਹਾ ਕਿ ਨਹੀਂ? ਠੀਕ ਕਰ ਰਿਹਾ। ਚੱਲ ਸਹੀ ਆ। ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ? ਠੀਕ ਠਾਕ ਹੋ ਸਾਰੇ? ਮੈਂ ਵੀ ਅਲਹਮਦੁਲਿਲਾ ਇੱਕਦਮ ਫਿੱਟ ਫਾਟ ਜ਼ਬਰਦਸਤ। ਅਤੇ ਆਹ ਸਰੋਂ ਆਪਾਂ ਇੱਥੇ ਲਾਈ ਸੀ ਥੋੜ੍ਹੀ ਜਿਹੀ ਨਾ, ਚਾਰ ਕਨਾਲਾਂ ਲਾਈ ਹੋਈ ਸੀਗੀ ਘਰੇ ਖਾਣ ਨੂੰ। ਅਤੇ ਆਹ ਇੱਥੋਂ ਐਂ ਨੂੰ ਇੱਧਰ ਆਪਣੇ ਪੱਠੇ ਪੁੱਠੇ ਲੱਗੇ ਹੋਏ। ਆਹ ਪੱਠੇ ਵੀ ਮੇਰਾ ਖਿਆਲ ਆ ਕੋਈ ਇੱਕ ਦੋ ਲੋ ਹੀ ਦੇਣਗੇ ਹੋਰ। ਅਤੇ ਸਰੋਂ ਆਪਣੀ ਹੋ ਗਈ ਸੀਗੀ ਰੈਡੀ ਬਿਲਕੁਲ, ਅਤੇ ਉਹ ਹੁਣ ਵੱਢਣ ਲਾਇਆ ਹੋਇਆ। ਖੁਰਮੀ ਦਾ ਆਬਾ ਵੱਢਣ ਦਿਆ, ਸਹੀ ਵੱਢਣ ਦਿਆ, ਕੋਈ ਕਮੀ ਤਾਂ ਨਹੀਂ ਛੱਡੀ ਉਹਨੇ? ਸਿਰ 'ਤੇ ਰਹਿ ਕੇ ਕੰਮ ਕਰਾਈ। ਸੁਬਾਹ ਦੇ ਲੱਗੇ ਹੋਏ ਵੱਢਣ, ਅਤੇ ਟਰਾਲੀਆਂ ਲੱਦ ਕੇ ਨਾ ਅਸੀਂ ਉੱਥੇ ਹੱਥ 'ਚ ਲੈ ਜਾਂਦੇ ਹਾਂ, ਕਿਉਂਕਿ ਇੱਥੇ ਹੁਣ ਇੱਕ ਤਾਂ ਜ਼ਮੀਨ ਵਿਹਲੀ ਹੋ ਜੂਗੀ ਛੇਤੀ ਛੇਤੀ, ਕਿਉਂਕਿ ਇੱਥੇ ਪਈ ਪਈ ਨੇ ਸੁੱਕਣ 'ਚ, ਕੋਈ ਲੱਗ ਜਾਣੇ ਆ ਕਹਿ ਲਓ ਕਿ 8-10 ਦਿਨ ਤਾਂ ਲੱਗ ਜਾਣੇ, ਅਤੇ ਇਹ ਉੱਥੇ ਲੈ ਜਾਵਾਂਗੇ। ਇੱਕ ਤਾਂ ਕਿਰੂਗੀ ਗਲੀ ਜਦੋਂ ਸੁੱਕ ਜਾਂਦੀ ਆ ਨਾ, ਉਹ ਫਿਰ ਸੁੱਕੇ ਅਤੇ ਯਾਨੀ ਕਿ ਮਾੜੀ ਜਿਹੀ ਵੀ ਸੱਟ ਲੱਗੇ ਉਹਨੂੰ ਘਿਰ ਜਾਂਦੀ। ਅਤੇ ਹੱਥ 'ਚ ਸਫਾਈ ਕੀਤੀ ਆ, ਉੱਥੇ ਚੱਲ ਤੁਹਾਨੂੰ ਦਿਖਾਵਾਂਗਾ, ਉੱਥੇ ਸਿੱਟਣੀ ਆ, ਅਤੇ ਇੱਥੋਂ ਚੱਕੀ ਜਾਊਗੀ, ਇੱਥੇ ਫਿਰ ਹਲ ਹੁਲ ਚਲਾ ਕੇ ਅਤੇ ਪੱਠੇ ਬੀਜੇ ਜਾਣਗੇ ਅਗਲੇ। ਖੁਰਮੀ ਈਦ ਇਹਦੇ ਕਰੂੰਗੇ ਕਿ ਨਾਨਿਆਂ ਦੇ ਕਰੇ? 18 ਇੰਚ ਕਰੇਗਾ ਨਾਨਕਿਆਂ ਦੇ? ਹੈਂ, ਸਹੀ ਆ। ਈਦ ਹੀ ਲਊਂਗੇ ਐਸਾ? ਈਦ ਹੀ ਲਊਂਗੇ ਤੂੰ? ਤੈਨੂੰ ਈਦ ਈਦ ਦੇ ਹਿੱਸਾ ਜਾਈਦੇ ਈਦ ਕਰੇ? ਹੈਂ, ਠੀਕ ਹੈ, ਜਾਈਦੇ ਈਦ ਕਰੇ ਨਾ, ਤੈਨੂੰ ਈਦ ਦੇ ਹਿੱਸਾ ਕਿ ਦੂਏ ਦਿਨ ਆ ਜਾ ਸੇ? ਅੱਛਾ ਚੱਲ ਸਹੀ ਆ। ਚੱਲ ਤੇਰੀ ਈਦ ਪੱਕੀ ਫਿਰ। ਕਿਤਨੀ ਈਦ ਲੈਣੀ? ਕਿਤਨੀ ਈਦ ਲਊਂਗੇ? ਜਿਤਨੀ ਮੈਂ ਦੇ ਦਿਆਂ। ਚੱਲ ਠੀਕ ਹੈ। ਇਸ ਜਗ੍ਹਾ 'ਤੇ ਸਿੱਟਣ ਦੇ, ਇਹ ਹਾਥਾ ਵਾ ਬਣਾਇਆ ਨਾ, ਇਹ ਤਾਏ ਹੁਣਾਂ ਨੇ ਹਾਥਾ ਬਣਾਇਆ ਇੱਥੇ ਮਾਲ ਮੂਲ ਰੱਖਣ ਨੂੰ, ਅਤੇ ਉਹ ਹਜੇ ਉਹਨਾਂ ਕੋਲ ਹਾਥਾ ਹੈਗਾ ਵਾ, ਉੱਥੇ ਕੰਮ ਚੱਲਣ ਦਿਆ ਵਾ, ਅਤੇ ਜਦੋਂ ਮਾਲ ਜ਼ਿਆਦਾ ਹੋ ਜੂਗਾ ਫਿਰ ਇੱਧਰ ਆਪੇ ਸ਼ਿਫਟ ਹੋ ਜਾਣਗੇ ਹੌਲੀ ਹੌਲੀ ਨਾ। ਯਾਨੀ ਕਿ ਇੱਥੇ ਢਾਰਾ ਢੂਰਾ ਬਣਾਉਣ ਵਾਲਾ ਦਰਖਤ ਲਾ ਦਿੱਤੇ ਆ, ਜਿੱਥੇ ਵੀ ਹਾਥਾ ਬਣਾਓ ਪਹਿਲੇ ਦਰਖਤ ਲਾ ਦਿਓ, ਬਾਕੀ ਕੰਮ ਬਾਅਦ ਦੇ ਹੁੰਦੇ ਰਹਿੰਦੇ। ਅੱਛਾ ਆਹ ਤਾਏ ਕੀ ਆ ਭਾਈ, ਉਹਨਾਂ ਦੀ ਵੀ ਤਕਰੀਬਨ ਕੋਈ 5 ਕਨਾਲਾਂ ਦੀ, 5 ਕਨਾਲਾਂ ਆਹ ਥੋੜ੍ਹੀ ਜਿਹੀ ਲੈ ਕੇ ਆਉਂਦੀ ਇਹਨਾਂ ਨੇ, ਅਤੇ ਇੱਥੇ ਐਂ ਨੂੰ ਸਿੱਟੀ ਜਾਣਗੇ ਹੌਲੀ ਹੌਲੀ ਨਾ। ਸਾਡੀ 4 ਕਨਾਲ ਦੀ ਲੱਗੀ, ਅਸੀਂ ਥੋੜ੍ਹੀ ਥੋੜ੍ਹੀ ਲਾਉਂਦੇ ਹੁੰਦੇ ਨਾ, ਯਾਨੀ ਕਿ ਤੇਲ ਤੂਲ ਘਰੇ ਖਾਣ ਨੂੰ, ਕਿਉਂਕਿ ਘਿਓ ਘਿਓ ਨਹੀਂ ਲਿਆਈਦਾ, ਇੱਕ ਤਾਂ ਉਹ ਨੁਕਸਾਨਦੇਹ ਹੁੰਦਾ ਹੈਲਥ ਲਈ ਵੀ, ਅਤੇ ਦੂਸਰਾ ਫਿਰ ਜਦੋਂ ਹਰ ਦੂਸਰੇ ਤੀਸਰੇ ਦਿਨ ਚੌਥੇ ਦਿਨ ਜਾ ਕੇ ਪੈਸੇ ਲਾ ਕੇ ਲਿਆਉਣਾ ਪਵੇ ਨਾ, ਉਹ ਥੋੜ੍ਹਾ ਔਖਾ ਹੁੰਦਾ। ਅਤੇ ਇਸ ਲਈ ਅਸੀਂ ਸਰੋਂ ਲਾ ਲਈ ਦੀ, ਅਤੇ 4 ਕਨਾਲਾਂ ਤੇਲ, ਤੇਲ ਤਾਂ ਉੱਦਾਂ ਕਮਰਸ਼ਲ ਯਾਨੀ ਕਿ ਸੇਲ ਕਰਨ ਲਈ ਵੀ ਲਾਈਦੇ ਆ, ਕਹਿ ਲਓ ਕਿ 2-3-4 ਕਿੱਲੇ ਲਾ ਲਈਦੇ ਆ, ਅਤੇ ਵਿੱਚੋਂ ਥੋੜ੍ਹੇ ਜਿਹੇ ਯਾਨੀ ਕਿ 2-3 ਮਣ 4 ਮਣ 5 ਮਣ ਅੰਦਾਜ਼ਾ ਲਾ ਕੇ ਵੀ ਜਿੰਨੇ ਕੁ ਘਰੇ ਖਾਣ ਲਈ ਲੱਗ ਜਾਣ ਉਨੇ ਕੁ ਅਸੀਂ ਰੱਖ ਲਈਦੇ ਹੁੰਦੇ। ਖੈਰ ਹੁਣ ਗਰਮੀ ਬਹੁਤ ਆ, ਘਰੇ ਚੱਲਦੇ, ਬਾਕੀ ਵੀਡੀਓ ਫਿਰ ਬਣਾਵਾਂਗੇ। 3.5 ਕਿਲੋ ਹੋ ਗਈ ਵੀ, ਚੱਕ ਲਾ, ਖਾਦ ਚਾਹੀਦੀ ਸੀ ਇਹਨਾਂ ਨੂੰ ਨਾ, ਅਤੇ ਮੈਂ ਕਿਹਾ ਸੀ ਵੀ ਇਹਦਾ ਮੈਨੂੰ ਸੈਰੀ ਵੇਲੇ ਫੋਨ ਆਇਆ ਕਹਿੰਦਾ ਵੀ ਖਾਦ ਚਾਹੀਦੀ ਆ, ਅਤੇ ਸੋਨਾ ਸੋਨਾ ਤਾਂ ਨਹੀਂ, ਮੈਂ ਤੋੜ ਕੇ ਲਿਜਾਣੀ, ਅਤੇ ਮੈਂ ਕਿਹਾ ਸੈਰੀ ਤੋਂ ਬਾਅਦ ਸੋਨ ਸੂਨ ਦਾ ਕੋਈ ਚੱਕਰ ਨਹੀਂ ਹੁੰਦਾ, ਆ ਜੀ ਜਿਹੜੇ ਵੇਲੇ ਮਰਜ਼ੀ। ਅਤੇ ਕਿਉਂਕਿ ਪਾਣੀ ਦੀ ਵਾਰੀ ਹੁਣ ਰਾਤ ਦੀ ਹੋ ਗਈ ਨਾ, ਅਤੇ ਇਹਨੇ ਇਹਨਾਂ ਦੀ ਵਾਰੀ ਹੁਣ ਸ਼ੁਰੂ ਹੋਈ ਆ, ਯਾਨੀ ਕਿ ਹੁਣ ਸ਼ੁਰੂ ਨਹੀਂ ਹੁਣ ਖਤਮ ਹੋਣ ਵਾਲੀ ਆ, ਅਤੇ ਸਾਡੀ ਵਾਰੀ ਸੀ ਪਹਿਲੇ ਸਾਰਿਆਂ ਨਾਲੋਂ ਤਕਰੀਬਨ ਸ਼ਾਮ ਦੇ 6:30-6:15 ਵਜੇ ਸ਼ੁਰੂ ਹੋ ਜਾਂਦੀ, ਅਤੇ ਮੈਂ ਉਸ ਵੇਲੇ ਖਾਦ ਦੇਖਤੀ ਸੀ। ਹੈਂ, ਆਵਾਜ਼ ਬਹੁਤ ਆਉਣੀ, ਮੈਂ ਪੱਠੇ ਕੁਤਰ ਲਾਂ ਠੰਡੇ ਠੰਡੇ। ਅੱਛਾ ਮੈਂ ਨਾ 7:30-6 ਵਜੇ ਤਕਰੀਬਨ ਖਾਦ ਤੋਲ ਕੇ ਦੇਖਤੀ ਸੀ। ਪਹਿਲੇ ਸਾਡੀ ਵਾਰੀ ਹੁੰਦੀ, ਉਸ ਤੋਂ ਬਾਅਦ ਚਾਚੂ ਦੀ ਵਾਰੀ, ਫਿਰ ਤਾਏ ਦੀ ਵਾਰੀ, ਅਤੇ ਤਿੰਨਾਂ ਭਰਾਵਾਂ ਦੀ ਜ਼ਮੀਨ ਇਕੱਠੀ ਇੱਕੋ ਥਾਂ 'ਤੇ ਹੀ ਆ, ਅਤੇ ਉਹ ਫਿਰ ਇੱਦਾਂ ਵੀ ਫੌਰਨ ਬਾਅਦ ਵਾਰੀ ਆ ਜਾਂਦੀ ਆ। ਸਾਡੀ ਸਾਰਿਆਂ ਨਾਲੋਂ ਪਹਿਲੇ ਆ ਗਈ ਸੀ, ਮੈਂ ਟਾਈਮ ਨਾਲ ਖਾਦ ਪਾਣੀ ਦੇ ਕੇ ਫਰਕ ਠੰਡਾ ਠੰਡਾ ਹੈਗਾ ਵਾ ਅੱਜ, ਕਿਉਂਕਿ ਪਾਣੀ ਲੱਗਣਾ ਸੀ ਰਾਤੀ, ਅਤੇ ਪੱਠੇ ਵੀ ਕੱਲ੍ਹ ਹੀ ਲਿਆਉਂਦੇ ਸੀ, ਮੈਂ ਸੁੱਕਣੇ ਪਾਏ ਹੋਏ ਸੀ, ਤਾਂ ਚੱਲ ਕੇ ਸਮਝਾਉਂਦਾ। ਸਨਰਾਈਜ਼ ਵੀ ਆਲਮੋਸਟ ਹੋ ਹੀ ਗਿਆ ਕਹਿ ਲਓ ਕਿ, ਥੋੜ੍ਹੀ ਲਾਲਗੀ ਜਿਹੀ ਹੋਣ ਲੱਗ ਪਈ, ਅਤੇ ਵਰਦੀ ਵੀ ਆਪਣੀ ਚੇਂਜ ਹੋ ਗਈ, ਅਤੇ ਲੈਟਸ ਸਟਾਰਟ ਮਾਈ ਵਰਕ। ਆਹ ਵਾਲੇ ਪੱਠੇ ਆ ਇਹ ਮੈਂ ਉੱਥੇ ਸੁੱਕਣੇ ਰੱਖੇ ਸੀ, ਯਾਨੀ ਕਿ ਜਿੱਥੋਂ ਵੱਢੇ ਸੀ ਨਾ ਉੱਥੇ ਰੱਖ ਦਿੱਤੇ ਸੀ, ਅਤੇ ਰਾਤੀ ਪਾਣੀ ਲੱਗਣਾ ਸੀ ਇਹਦੇ ਲਈ ਮੈਨੂੰ ਚੱਕਣੇ ਪਏ। ਇਹ ਅਸਲ ਦੇ ਵਿੱਚ ਨਾ ਮੈਂ ਸੁਕਾਏ ਸੀ ਥੋੜ੍ਹੇ ਜਿਹੇ ਤਾਂ ਕਿ ਈਦ ਵਾਲੇ ਦਿਨ ਕੰਮ ਆਉਣ, ਲੇਕਿਨ ਹੁਣ ਈਦ ਪਤਾ ਨਹੀਂ ਕੱਲ੍ਹ ਲੱਗ ਪਰਸੋਂ ਆ ਕਦੋਂ ਆ, ਅਤੇ ਅੱਜ ਇਹ ਪਾ ਲੈਂਦੇ ਹਾਂ, ਅਤੇ ਈਦ ਲਈ ਆਪਾਂ ਹੋਰ ਇੱਕ ਬੈਕਅਪ ਰੱਖਿਆ ਹੋਇਆ, ਕਿਉਂਕਿ ਮੈਂ ਅੱਗੇ ਪੱਠੇ ਲਿਆਉਂਦਾ ਹੁੰਦਾ ਸੀ ਸ਼ਾਮ ਨੂੰ,
ਹੁਣ ਸ਼ਾਮ ਨੂੰ ਨਹੀਂ ਆਉਂਦੇ ਕਿਉਂਕਿ ਗਰਮੀ ਕਾਫੀ ਜ਼ਿਆਦਾ ਹੋ ਗਈ ਆ। ਉਹ ਫਿਰ ਰਾਤੀ ਜਿਵੇਂ ਆ ਢੇਰੀ ਫਰਜ਼ ਘਰੋਂ ਲੱਗੀ ਆ, ਇੱਥੇ ਮੈਂ ਅੰਦਰ ਵੀ ਨਹੀਂ ਨਾ ਰੱਖ ਸਕਦਾ, ਅੰਦਰ ਵੀ ਮੇਰੇ ਕੋਲ ਜਗ੍ਹਾ ਯਾਨੀ ਕਿ ਕਹਿ ਲਓ ਕਿ ਪੂਰੀ ਸੂਰੀ ਜੀ ਆ। ਜਦੋਂ ਆ ਕਮਰਾ ਆਪਾਂ ਬਣਾਉਣ ਦਾ ਕੋਈ ਇਰਾਦਾ ਹੈਗਾ ਉੱਥੇ ਕਿ ਨਾ ਉੱਥੇ ਕਿ ਪੱਠਿਆਂ ਵਾਲਾ ਕਮਰਾ ਬਣਾਉਣ ਦਾ ਇਰਾਦਾ ਹੈਗਾ, ਉਹ ਫਿਰ ਜਦੋਂ ਕਮਰਾ ਬਣ ਜੂਗਾ ਫਿਰ ਖੁੱਲ੍ਹਾ ਜਿਹਾ ਬਣਾਵਾਂਗੇ। ਉੱਥੇ ਬੰਦਾ ਪੱਠੇ ਖਿਲਾਰ ਕੇ ਰੱਖ ਲੈਂਦਾ, ਉਹ ਫਿਰ ਹੀਟ ਨਹੀਂ ਹੁੰਦੇ, ਇੱਦਾਂ ਇਕੱਠੇ ਪਏ ਰਹਿਣਾ, ਉਹ ਹੀਟ ਹੋ ਕੇ ਨਾ ਵਿੱਚੋਂ ਗਲ ਜਾਂਦੇ, ਉਹ ਫਿਰ ਜਾਨਵਰ ਵੀ ਨਹੀਂ ਖਾਂਦੇ। ਦਸਰੀ ਗੱਲ ਆ, ਜਿਹੜੀ ਇੱਕ ਚੀਜ਼ ਹੀ ਖਰਾਬ ਹੋ ਗਈ ਉਹ ਕੀ ਖਾਣੀ। ਪੱਠੇ ਆਪਣੇ ਹੋ ਗਏ ਡਨ, ਰੇੜੀ ਇੱਥੇ ਲਾ ਤੀ ਅਤੇ ਸੂਰਜ ਵੀ ਤਕਰੀਬਨ ਨਿਕਲ ਆਇਆ ਵਾ। ਲਿਓ ਕਿਵੇਂ ਰਾਤ ਸਾਰੀ ਮੌਜਾਂ ਮਾਰੀਆਂ? ਅੱਛਾ, ਮੰਜੀਆਂ ਨਾ ਖੜੀਆਂ ਕਰਨੀਆਂ ਪੈਂਦੀਆਂ ਕਿਉਂਕਿ ਦੋਵੇਂ ਰਾਤ ਨੂੰ ਬਹਿ ਜਾਂਦੇ ਉੱਤੇ, ਫਿਰ ਸੁਬਹਾ ਉੱਠ ਕੇ ਮੈਨੂੰ ਮੰਜੀਆਂ ਧੋਣੀਆਂ ਪੈਂਦੀਆਂ, ਕੰਮ ਵੱਧ ਜਾਂਦਾ। ਅੱਗੇ ਕੰਮ ਬੜੇ ਹੁੰਦੇ, ਕੰਮ ਹੋਰ ਵਧਾ ਦਿੰਦੇ। ਅਤੇ ਉਹ ਸੂਰਜ ਇੱਥੇ ਕੁ ਪਹੁੰਚ ਗਿਆ, ਬੱਦਲ ਦਾ ਕਰਕੇ ਹਜੇ ਨਜ਼ਰ ਨਹੀਂ ਆ ਰਿਹਾ। ਅਤੇ ਆਹ ਡਰੰਮ ਰਾਤੀ ਖਾਦ ਪਾਈ ਸੀਗੀ, ਕਾਕਾ ਨਵੀਦ ਇੱਥੇ ਰੱਖ ਗਿਆ। ਜ਼ਾਹਰੀ ਗੱਲ ਆ, ਤਾਲਾ ਲੱਗਾ ਸੀਗਾ ਅਤੇ ਇੱਥੇ ਰੱਖਣਾ ਸੀ ਉਹਨੇ, ਅਤੇ ਇਹਦੀ ਜਗ੍ਹਾ ਵਾ ਆਹ ਵਾਲੀ ਇੱਥੇ। ਇੱਥੇ ਫਿਰ ਨਾ ਮੈਂ ਕੈਮਰਾ ਰੱਖ ਕੇ ਨਾ ਸਟੈਂਡ ਇੱਥੋਂ ਐਂ ਗਾਂ ਦੀ ਵੀਡੀਓ ਰਿਕਾਰਡ ਕਰ ਲੈਂਦਾ ਹੁਣ, ਇਸ ਲਈ ਇਹਦੀ ਜਗ੍ਹਾ ਪੱਕੀ ਕੀਤੀ ਹੋਈ। ਹੁਣ ਦਰਵਾਜ਼ਾ ਲਾਉਂਦੇ, ਫਿਰ ਗਾਂ ਵੀ ਇੰਤਜ਼ਾਰ ਦੇ ਵਿੱਚ ਖੜ੍ਹੀ ਹੈ। ਇਹਦਾ ਵੰਡਾ ਉਹ ਪਿਆ ਚਿੱਟੀ ਬਾਲਟੀ ਦੇ ਵਿੱਚ ਨਾ, ਅਤੇ ਉਹ ਉੱਧਰ ਹੀ ਦੇਖੀ ਜਾਂਦੀ ਵੀ ਕਿਹੜੇ ਵੇਲੇ ਆਪਦਾ ਕੈਮਰਾ ਰੱਖੇ ਤਾਂ ਮੈਨੂੰ ਕੁਛ ਖਾਣ ਨੂੰ ਪਾਵੇ। ਰੌਲਾ ਸਾਰੇ ਨਾਲੋਂ ਜ਼ਿਆਦਾ ਹੁੰਦਾ। ਮਿੰਮੀ ਆ ਜਾਓ, ਆ ਜਾਓ, ਵਾਰੀ ਵਾਰੀ ਆ ਜਾਓ। ਇਹਨਾਂ ਨੂੰ ਨਾ ਥੋੜ੍ਹਾ ਫੜ ਕੇ ਰੱਖਣਾ ਪੈਂਦਾ, ਭੱਜ ਜਾਂਦੀਆਂ ਬੱਕਰੀਆਂ ਦੁੱਧ ਪਿਲਾਉਂਦੀਆਂ ਪਿਲਾਉਂਦੀਆਂ। ਜਦੋਂ ਵੀ ਹੱਥ ਚ ਆਓ ਨਾ ਵੜ ਚ ਵੜੋ ਤੇ ਆਹ ਬੱਕਰਾ ਕੋਲ ਆ ਖੜੋ ਜਾਂਦਾ, ਇਹ ਦੋਸਤ ਬੱਕਰਾ ਵਾ। ਆ ਕੇ ਕਦੀ ਕੰਨਾਂ ਨੂੰ ਦੰਦੀਆਂ ਵੱਢਣ ਲੱਗ ਪੈਂਦਾ, ਕਦੀ ਕੱਪੜਿਆਂ ਨੂੰ ਦੰਦੀਆਂ ਵੱਢਣ ਲੱਗ ਪੈਂਦਾ। ਆਹ ਦੇਖੋ ਨਾ ਜਿਵੇਂ ਆਹ ਖੜਾ ਕੋਲ, ਹੁਣ ਦੋਸਤ ਬੱਕਰੇ, ਇਹਨੂੰ ਮੈਂ ਦੋਸਤ ਬੱਕਰਾ ਕਹਿੰਦਾ। ਆਹ ਦੇਖੋ ਨਾ ਗੋਡੇ ਤੇ ਦੰਦੀਆਂ ਵੱਢੀ ਜਾਂਦਾ। ਇਹ ਦੋਸਤ ਬੱਕਰੇ ਇੱਧਰ ਦੇ, ਇੱਧਰ ਬੱਕਰੀ ਭਜਾਤੀ ਨਾ, ਭਜਾਤੀ ਬੱਕਰੀ, ਫੜ ਲਈ ਮੈਂ, ਫੜ ਲਈ ਮੈਂ। ਇਹ ਕੋਲ ਹੀ ਰਹਿੰਦਾ, ਜਦੋਂ ਵੀ ਆ ਜਾਓ ਨਾ, ਬੇਸ਼ੱਕ ਹੁਣ ਬੱਚਿਆਂ ਨੂੰ ਸੁਬਹਾ ਸ਼ਾਮ ਦੁੱਧ ਪਿਲਾਉਣਾ ਹੁੰਦਾ ਉਦੋਂ ਵੀ ਕੋਲ ਆ ਜਾਂਦਾ, ਜਾਂ ਵੈਸੇ ਜਦੋਂ ਮੈਂ ਖੁਰਲੀਆਂ ਸਾਫ਼ ਕਰਨ ਆਵਾਂ ਨਾ ਉਦੋਂ ਵੀ ਮੇਰੇ ਕੋਲ ਆ ਖੜੋ ਜਾਂਦਾ। ਉਹ ਸਲਾਮ ਕਹਿ ਕੇ ਆ, ਸਲਾਮ, ਅਸਲਾਮ ਵਾਲੇਕੁਮ ਐਵਰੀਬਾਡੀ, ਕੀ ਹਾਲ ਚਾਲ? ਮੈਂ ਆਹ ਬੱਕਰਾ ਮੇਰਾ ਦੇਖ ਲਓ ਕਿੱਡਾ ਸਿਆਣਾ, ਸਰਕਸ ਦੇ ਵਿੱਚ ਜਾਣ ਦੀ ਤਿਆਰੀ ਕਰਨ ਦਿਆ, ਫੁੱਲ ਟ੍ਰੇਨਿੰਗ ਕਰਦਾ ਰੋਜ਼ ਹੀ ਨਾ, ਇੱਥੇ ਚੜ੍ਹ ਕੇ ਨਾ ਐਂ ਖੜੋ ਜਾਂਦਾ। ਪਤਾ ਨਹੀਂ ਇਹਨੇ ਸਰਕਸ 'ਚ ਹਿੱਸਾ ਲੈਣਾ। ਤੁਹਾਡੇ ਤੋਂ ਸਰਕਸ ਵਾਲਾ ਬੰਦਾ ਹੈਗਾ, ਤੈਨੂੰ ਲੈ ਜਾਓ ਫ੍ਰੀ 'ਚ, ਤੋਹਫਾ ਲੈ ਲਓ ਭਾਵੇਂ। ਮੇਰਾ ਹਾਲ ਮੇਰਾ ਦੋਸਤ ਬੱਕਰਾ ਤਾਂ ਨਹੀਂ ਮੈਂ ਦੇਣਾ, ਕੋਈ ਹੋਰ ਹੁੰਦਾ ਤਾਂ ਮੈਂ ਦੇ ਦਿੰਦਾ। ਕੰਮ ਆਪਣੇ ਸਾਰੇ ਡਨ ਹੋ ਗਏ, ਐਵਰੀਥਿੰਗ ਇਜ਼ ਡਨ 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 ਡਨ। ਅਤੇ ਹੁਣ ਸਿਰਫ ਇੱਥੇ ਸਾਰੇ ਕਦਰਾਂ ਨੇ ਆ ਜਾਣਾ, ਹੋਰ ਝੜ ਪਈਆਂ ਮੰਜੀਆਂ ਤੋੜਨੀਆਂ ਸਾਰੀ ਦਿਹਾੜੀ। ਵੈਸੇ ਵੀ ਉਹ ਮੰਜੀ ਟੁੱਟੀ ਪਈ, ਆਹ ਦੋ ਤੋੜ ਕੇ ਆਹ ਸਿੱਟੀਆਂ ਪਈਆਂ। ਜਦੋਂ ਸਾਰੀ ਦਿਹਾੜੀ ਵਿਹਲੇ ਬੈਠੇ ਰਹਿਣਾ ਨਾ ਗਰਮੀਆਂ ਦੇ ਵਿੱਚ, ਫਿਰ ਮੰਜੀਆਂ ਹੀ ਟੁੱਟਦੀਆਂ। ਜੇ ਕਿਸੇ ਨੇ ਆਪਦੀ ਮੰਜੀ ਦੀ ਫ੍ਰੀ 'ਚ ਪ੍ਰਮੋਸ਼ਨ ਕਰਾਉਣੀ ਹੋਵੇ ਸਾਨੂੰ ਦੇ ਦਿਆ, ਜੇ ਇੱਥੇ ਅਸੀਂ ਡਿਊਰੇਬਿਲਿਟੀ ਟੈਸਟ ਵੀ ਕਰ ਦਿਆਂਗੇ। ਬਸ ਮੰਜੀ ਦੀ ਕੁਰਬਾਨੀ ਦੇਣੀ ਪੈਣੀ ਤੁਹਾਨੂੰ।
ਤੇ ਖੈਰ ਅੱਜ ਦਾ ਵਲੌਗ ਆਪਾਂ ਇੱਥੇ ਐਡ ਕਰਦੇ ਤੇ ਇਨਸ਼ਾਅੱਲਾ ਹੁਣ ਮੈਂ ਵੀ ਈਦ ਵਾਲੇ ਦਿਨ ਮੈਂ ਬਣਾਵਾਂ ਵਲੌਗ ਕਿਉਂਕਿ ਜਦੋਂ ਸਾਰੇ ਜਾਣੇ ਇਕੱਠੇ ਹੋ ਜਾਂਦੇ ਨਾ ਫਿਰ ਕੋਈ ਥੋੜ੍ਹਾ ਬਹੁਤ ਸ਼ੁਗਲ ਮੇਲਾ ਵੀ ਲੱਗ ਜਾਂਦਾ ਉਦੋਂ ਬਣਾਵਾਂਗੇ। ਬਹਰਹਾਲ ਈਦ ਵਾਲਾ ਦਿਨ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਕਿੱਦਾਂ ਲੰਘਦਾ ਸਾਡਾ ਈਦ ਦਾ ਦਿਨ। ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਐਂਡ। ਆਪਣਾ ਖਿਆਲ ਰੱਖਿਆ ਜੇ, ਆਪਣੇ ਪਰਿਵਾਰ ਦਾ ਖਿਆਲ ਰੱਖਿਆ ਜੇ, ਆਪਣੇ ਘਰ ਵਾਲਿਆਂ ਦਾ ਸਾਰਿਆਂ ਦਾ ਖਿਆਲ ਰੱਖਿਆ ਜੇ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਐਵਰੀਥਿੰਗ। ਅੱਲਾਹ ਹਾਫਿਜ਼।